ਜੇਕਰ ਤੁਸੀਂ ਵੀ ਆਪਣੇ ਘਰ ਦੇ ਵਿੱਚ ਨੌਕਰਾਣੀ ਰੱਖੀ ਹੈ ਤਾਂ ਇਹ ਖਬਰ ਥੋੜਾ ਧਿਆਨ ਨਾਲ ਸੁਣ ਲਓ, ਕਿਉਂਕਿ ਕਿਤੇ ਤੁਹਾਡੇ ਨਾਲ ਨਾ ਅਜਿਹੀ ਵਾਰਦਾਤ ਵਾਪਰ ਜਾਵੇ। ਤਾਂ ਦੱਸ ਦਈਏ ਕਿ ਇੱਕ ਨੌਕਰਾਣੀ ਜਿਹੜੇ ਘਰ ਦੇ ਵਿੱਚ ਕੰਮ ਕਰ ਰਹੀ ਸੀ ਉਸ ਨੂੰ ਹੀ ਲੁੱਟ ਕੇ ਲੈ ਗਈ। ਆਪਣੇ ਸਾਥੀਆਂ ਨੂੰ ਬੁਲਾਇਆ ਜਾਂਦਾ ਤੇ ਉਸ ਤੋਂ ਬਾਅਦ ਦੇ ਵਿੱਚ ਜਿਸ ਘਰ ਦੇ ਵਿੱਚ ਉਹ ਨੌਕਰੀ ਕਰਦੀ ਸੀ ਉਸਦੇ ਪਰਿਵਾਰਕ ਮੈਂਬਰਾਂ ਨੂੰ ਇੱਕ ਕਮਰੇ 'ਚ ਬੰਦ ਕਰਕੇ ਘਰ ਦੇ ਵਿੱਚ ਪਿਆ ਸੋਨੇ ਦਾ ਸਾਰਾ ਸਮਾਨ ਅਤੇ ਡਾਇਮੰਡ ਦਾ ਇੱਕ ਸੈੱਟ ਲੈ ਕੇ ਫਰਾਰ ਹੋ ਗਈ ਹੈ। ਤਾਂ ਦੱਸ ਦਈਏ ਕਿ ਬਿਨਾਂ ਵੈਰੀਫਿਕੇਸ਼ਨ ਤੋਂ ਇਹ ਨੌਕਰਾਣੀ ਰੱਖੀ ਹੋਈ ਸੀ। ਪਰਿਵਾਰਕ ਮੈਂਬਰਾਂ ਦੇ ਵੱਲੋਂ ਹੁਣ ਗੁਹਾਰ ਲਗਾਈ ਜਾ ਰਹੀ ਹੈ ਕਿ ਜਲਦ ਤੋਂ ਜਲਦ ਇਹਨਾਂ ਨੂੰ ਕਾਬੂ ਕੀਤਾ ਜਾਵੇ। ਤਾਂ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਪਰਿਵਾਰ ਦੇ ਵੱਲੋਂ ਬਿਨਾਂ ਵੈਰੀਫਿਕੇਸ਼ਨ ਤੋਂ ਇੱਕ 10 ਦਿਨ ਪਹਿਲਾਂ ਘਰ ਦੇ ਵਿੱਚ ਨੌਕਰਾਣੀ ਰੱਖੀ ਸੀ। ਹਾਲਾਂਕਿ ਜੋ ਘਰ ਦੀ ਮਾਲਕਣ ਹੈ ਉਸਨੂੰ ਉਸਦੀ ਹਰਕਤਾਂ ਦੇ ਉੱਤੇ ਕੁਝ ਸ਼ੱਕ ਹੋਇਆ ਤਾਂ ਉਸਨੇ ਆਪਣੇ ਪਤੀ ਨੂੰ ਇਸਦੀ ਸ਼ਿਕਾਇਤ ਕੀਤੀ। ਤਾਂ ਪਤੀ ਦਾ ਕਹਿਣਾ ਸੀ ਕਿ ਉਹ ਕੁਝ ਹੀ ਦਿਨਾਂ ਦੇ ਵਿੱਚ ਉਸਨੂੰ ਹਟਾ ਦੇਣਗੇ, ਪਰ ਨੌਕਰਾਣੀ ਨੇ ਹਟਣ ਤੋਂ ਪਹਿਲਾਂ ਹੀ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹਾਲੇ ਉਹ ਘਰ ਦੇ ਵਿੱਚ ਦਾਖਲ ਹੋਏ ਸੀ ਕਿ ਘਰ ਦੇ ਅੰਦਰ ਕੁਝ ਚੋਰ ਮੌਜੂਦ ਸੀ ਜਿਨ੍ਹਾਂ ਨੇ ਹਥਿਆਰਾਂ ਦੇ ਦਮ ਤੇ ਉਹਨਾਂ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਅਤੇ ਘਰ ਦੇ ਵਿੱਚ ਪਿਆ ਜਿੰਨਾ ਵੀ ਸੋਨੇ ਦਾ ਸਮਾਨ ਸੀ ਉਹ ਸਾਰਾ ਹੀ ਲੁੱਟ ਕੇ ਫਰਾਰ ਹੋ ਗਏ ਨੇ। ਤਾਂ ਖੰਨਾ ਤੋਂ ਇਹ ਮਾਮਲਾ ਸਾਹਮਣੇ ਆਇਆ। ਫਿਲਹਾਲ ਪੁਲਿਸ ਨੂੰ ਵੀ ਇਸਦੀ ਜਾਣਕਾਰੀ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ ਨੌਕਰਾਣੀ ਦਾ ਹਾਲੇ ਕੁਝ ਵੀ ਪਤਾ ਨਹੀਂ ਚੱਲ ਸਕਿਆ। ਕਿਹਾ ਜਾ ਰਿਹਾ ਕਿ ਉਹ ਆਪਣੇ 3 ਸਾਥੀਆਂ ਨੂੰ ਲੈ ਕੇ ਇਸ ਘਰ ਦੇ ਵਿੱਚ ਆਈ ਸੀ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਅਸੀਂ ਨੌਕਰਾਣੀ ਰੱਖੀ ਸੀ 10 ਕੁ ਦਿਨ ਪਹਿਲਾਂ। ਅਸੀਂ ਗਏ 1:30 ਵਜੇ, ਜਾਂ ਨੂੰ 2:15 ਵਜੇ ਆਏ। ਕੁੰਡਾ ਖੰਡਾ ਬੈਲ ਮਾਰੀ ਖੋਲਿਆ ਨਹੀਂ, ਅਸੀਂ ਦੂਜੀ ਚਾਬੀ ਨਾਲ ਖੋਲਿਆ। ਜਾਂ ਨੂੰ ਉਰੇ ਬੰਦੇ ਸੀ ਅੰਦਰ 3। ਅਸੀਂ ਉਹਨਾਂ ਨੂੰ ਕਿਹਾ, ਉਹਨਾਂ ਨੇ ਆ ਕੇ ਸਾਨੂੰ ਫੜ ਲਿਆ। ਉਹਨਾਂ ਨੇ ਆ ਕੇ ਕਮਰੇ 'ਚ ਬਿਠਾਤਾ। ਅਸੀਂ ਕਿਹਾ ਜੋ ਹੈਗਾ ਭਾਈ ਠੀਕ ਹੈ, ਆਪਣਾ ਲੈ ਜਾਓ, ਸਾਨੂੰ ਛੱਡੋ। ਭੱਜ ਗਏ। ਹਥਿਆਰ ਪਤਾ ਨਹੀਂ ਕੁਛ ਉਹਨਾਂ ਕੋਲ ਕੀ ਸੀ ਕਿ ਨਹੀਂ ਸੀ। ਹਾਂ, ਨੌਕਰਾਣੀ ਪਹਿਲਾਂ ਹੀ ਭੱਜੀ ਹੋਈ ਸੀ। ਹਾਂ, 3 ਬੰਦੇ ਸੀ। ਕੁਛ ਅੰਦਾਜ਼ਾ ਹੈ ਕਿੰਨੇ ਕੁ ਦਾ ਨੁਕਸਾਨ ਹੋਇਆ? ਇਹ ਕੁਛ ਨਹੀਂ, ਹੁਣ ਦੇਖ ਕੇ ਹੁਣ ਦੱਸ ਦਿੰਦੇ ਕੀ ਹੈ ਅੰਦਾਜ਼ਾ। ਕੋਈ ਐਡਰੈਸ ਨਹੀਂ ਉਹਦਾ। ਕਿੰਨੀ ਉਮਰ ਦੀ ਸੀ? ਨੌਕਰਾਣੀ ਸੀ ਕੋਈ 27-28 ਸਾਲ ਦੀ। ਕਿੰਨੀ ਦਿਨ ਹੋਈ ਉਹਨੂੰ? 10 ਦਿਨ ਹੋਏ ਸੀ। ਹਾਂ, ਉਹ ਪਹਿਲਾਂ ਹੀ ਭੱਜ ਗਈ ਸੀ। ਹਾਂ, ਉਰੇ ਹੀ ਰਹਿੰਦੀ ਸੀ। ਨਹੀਂ, ਕੈਮਰਾ ਕੋਈ ਨਹੀਂ ਲੱਗਿਆ। ਇੱਥੇ ਅੱਜ ਸੁੰਦਰ ਸਿਟੀ 'ਚ ਦੁਪਹਿਰ ਇਤਲਾਹ ਮਿਲੀ ਸੀ ਵੀ ਇੱਕ ਘਰ ਦੇ ਵਿੱਚ ਕੁਛ ਜਣਿਆਂ ਨੇ ਵੜ ਕੇ ਚੋਰੀ ਕੀਤੀ ਹੈ। ਜਿਹੜੇ ਮਕਾਨ ਮਾਲਕ ਸੀ ਉਹ ਘਰੇ ਨਹੀਂ ਸੀਗੇ। ਜਦੋਂ ਘਰੇ ਆਏ ਨੇ ਤਾਂ ਚੋਰ ਇੱਥੇ ਹੀ ਸੀਗੇ ਅਤੇ ਉਹਨਾਂ ਨੂੰ ਇੱਕ ਕਮਰੇ 'ਚ ਉਹਨਾਂ ਨੇ ਬੰਦ ਕਰ ਦਿੱਤਾ ਅਤੇ ਕੁਛ ਸਮਾਨ ਚੋਰੀ ਕਰਕੇ ਲੈ ਕੇ ਗਏ। ਸਰ, ਕੁਝ ਅੱਜੇ ਫੜਿਆ ਵੀ ਗਿਆ ਉਹਨਾਂ 'ਚੋਂ ਕੋਈ ਬੰਦਾ? ਨਹੀਂ ਜੀ, ਹਾਲੇ ਅਸੀਂ ਆਈਡੈਂਟੀਫਾਈ ਕਰ ਰਹੇ ਹਾਂ ਉਹਨਾਂ ਨੂੰ। 3 ਜਣਿਆਂ ਦਾ ਪਤਾ ਲੱਗਿਆ ਵੀ 3 ਜਣੇ ਇਨਵੋਲਵ ਸੀਗੇ। ਕੁਛ CCTV ਸਾਹਮਣੇ ਆਈ ਹੈ ਸਰ, ਕੁਝ ਇਸ ਤਰ੍ਹਾਂ? ਉਹ ਸਾਰਾ ਕੁਛ ਅਸੀਂ ਕਰ ਰਹੇ ਹਾਂ ਜੀ। ਪਹਿਲਾਂ ਤਾਂ ਅਸੀਂ ਪਰਚਾ ਦਰਜ ਕਰਕੇ ਬਾਕੀ ਇਨਵੈਸਟੀਗੇਸ਼ਨ ਦਾ ਪਾਰਟ ਹੈ, ਜੋ ਟਰੇਸ ਹੋਏਗਾ ਤੁਹਾਨੂੰ ਦੱਸਾਂ। ਕਿੰਨਾ ਕੁ ਨੁਕਸਾਨ ਲੱਗ ਰਿਹਾ ਜੀ ਹੋਇਆ ਵੈਸੇ? ਕੁਛ ਸੈੱਟ ਦੱਸ ਰਹੇ ਨੇ, ਕੁਛ ਸੋਨਾ ਘਰੇ ਪਿਆ ਸੀ ਜੋ ਕਲੀਅਰ ਕਰ ਰਹੇ ਸਾਰਾ ਕੀ ਹੈਗਾ। ਹਾਂਜੀ, ਅੱਜ ਦੁਪਹਿਰ ਦੀ ਗੱਲ ਹੈ ਜੀ, 2 ਵਜੇ। ਥੈਂਕ ਯੂ।